मैं शेरा वाली माँ दे लड़े लगी आँ मैं शेरा वाली माँ दे लड़े।
ਪੰਡੋਰੀ ਖਾਸ ਫਰੋਜੀ ਤੇ ਸਿੱਧਾ ਹੀ ਤੁਸੀਂ ਦਰਸ਼ਨ ਕਰ ਸਕਦੇ ਹੋ ਮਹਾਮਾਈ ਦੇ ਦਰਬਾਰ ਦੇ ਔਰ ਸੰਗਤ ਦੇ ਮਿਹਰਬਾਨੀ ਜੀ ਫਿਰ ਹੋਣਾ ਜੀ ਜਾਗਰਣ ਦੀ ਕਵਰੇਜ ਕਰ ਰਹੇ ਨੇ ਔਰ ਇਹ ਸਪੈਸ਼ਲ ਜਾਗਰਣ ਪੂਰੀ ਦੁਨੀਆਂ ਦੇ ਵਿੱਚ ਲਾਈਵ ਚੱਲ ਰਿਹਾ ਕਿਉਂਕਿ ਯੂਟਿਊਬ ਦੇ ਉੱਤੇ ਤੁਸੀਂ ਦੇਖ ਰਹੇ ਹੋ ਕਿਉਂਕਿ ਜਿਹੜੇ ਤੁਸੀਂ ਇੱਥੇ ਬੈਠੇ ਹੋ ਤੁਸੀਂ ਤਾਂ ਜਾਗਰਣ ਦੀਆਂ ਖੁਸ਼ੀਆਂ ਨੂੰ ਮਾਣ ਰਹੇ ਹੋ ਔਰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਜਿਹੜੇ ਇਸ ਪਿੰਡ ਦੇ ਨਾਲ ਰਿਲੇਟਡ ਲੋਕ ਨੇ ਜਾਂ ਦਾਦੀ ਮਾਂ ਦੇ ਨਾਲ ਪਿਆਰ ਕਰਨ ਵਾਲੇ ਉਹ ਸਾਰੇ ਅੱਜ ਜਾਗਰਣ ਦੀਆਂ ਖੁਸ਼ੀਆਂ ਨੂੰ ਔਨਲਾਈਨ ਦੇਖਣਗੇ ਔਰ ਉਹ ਪਿਆਰੀ ਜੀ ਦੇਣ ਹੈ ਸਾਡੇ ਪੰਜਾਬ ਲਾਈਵ ਬਣਿਆ ਦਾ ਔਰ ਪੰਜਾਬ ਲਾਈਵ ਤੋਂ ਸਾਡੇ ਗੁਰਪ੍ਰੀਤ ਸਿੰਘ ਭਾਜੀ ਉਹਨਾਂ ਦਾ ਵੀ ਸਪੈਸ਼ਲ ਥੈਂਕਸ ਹੈ ਔਰ ਨਾਲ ਦੀ ਨਾਲ ਇੱਕ ਵਾਰ ਸਤਸੰਗਤ ਤਾੜੀ ਮਾਰ ਦਿਓ ਸਾਡੇ ਪਿੰਡ ਦਾ ਮਾਣ ਹੈ ਸਾਡਾ ਵੱਡਾ ਵੀ ਸਾਡੇ ਨਾਲ ਹਮੇਸ਼ਾ ਸੰਗਤ ਕਰਦੇ ਨੇ ਜਗਦੀਪ ਭਾਜੀ ਕੀਬੋਰਡ ਤੇ ਨੇ ਪਰ ਕੇ ਤਾੜੀ ਮਾਰੋ ਸਰ ਜਿਹੜੇ ਤੁਹਾਡੇ ਪਿੰਡ ਦਾ ਮਾਣ ਹੈ ਔਰ ਸਪੈਸ਼ਲ ਥੈਂਕਸ ਉਹਨਾਂ ਦਾ ਵੀ ਆਓ ਜਾਣਾ ਗੱਲਾਂ ਕਰਦੇ ਹਾਂ ਤੁਹਾਡੇ ਮੁਖਾਤੀ ਵੈ ਇੱਕ ਗੁਜ਼ਾਰਿਸ਼ ਹੋਰ ਹੈ ਕਿ ਜਿਹੜੇ ਬਾਹਰਲੀ ਸਾਈਡ ਤੇ ਖੜੇ ਨੇ ਸਾਡੇ ਰਿਸਪੈਕਟਡ ਕੁਝ ਮੇਰੇ ਤੋਂ ਵੱਡੇ ਨੇ ਕੁਝ ਮੇਰੇ ਤੋਂ ਛੋਟੇ ਨੇ ਉਹਨਾਂ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਤੁਸੀਂ ਸਾਰੇ ਜਣੇ ਹੱਥ ਜੋੜੀ ਜੋੜ ਕੇ ਬੇਨਤੀ ਕਰ ਜੋ ਸਰ ਨੇ ਗੱਦੇ ਬਹੁਤ ਸੋਹਣੇ ਸਜਾਏ ਨੇ ਇੰਨਾ ਵੱਡਾ ਇਹ ਅਰੇਂਜ ਕੀਤਾ ਪ੍ਰਬੰਧਕ ਕਮੇਟੀ ਵੱਲੋਂ ਆਪਾਂ ਪ੍ਰਬੰਧਕ ਕਮੇਟੀ ਦਾ ਵੀ ਮਾਣ ਕਰੀਏ ਤੇ ਦਾਤੀ ਮਾਂ ਦੇ ਸਤਿਕਾਰ ਦੇ ਲਈ ਆਪਾਂ ਸਰ ਨੇ ਵਿੱਚ ਪੰਡਾਲ ਦੇਣ ਕੇ ਬੈਠੀਏ ਕਿਉਂਕਿ ਕਹਿੰਦੇ ਨੇ ਕਿ ਜਿਹੜੀ ਹਾਜ਼ਰੀ ਹੈ ਉਹ ਬੈਠ ਕੇ ਲਗਵਾਈ ਜਾਂਦੀ ਹੈ ਤੇ ਜਿਹੜਾ ਖੜਾ ਹੋ ਕੇ ਦੇਖਿਆ ਜਾਂਦਾ ਉਹ ਤਮਾਸ਼ਾ ਹੁੰਦਾ ਸੋ ਪਲੀਜ਼ ਆਪਾਂ ਬੇਨਤੀ ਤੁਹਾਨੂੰ ਕਰਦੇ ਕਿ ਤੁਸੀਂ ਆਪਾਂ ਹਾਜ਼ਰੀ ਲਗਵਾਉਣੀ ਹੈ ਸਾਰਿਆਂ ਨੇ ਔਰ ਇੱਕ ਵਾਰ ਫਿਰ ਕਾਲੀ ਭਾਜੀ ਦਾ ਥੈਂਕਸ ਹੈ ਜੀ ਥੈਂਕ ਯੂ ਸੁਨਾ ਦੇ ਨਾਲ ਆਓ ਤੁਹਾਡੇ ਖਾਤੇ ਤੁਹਾਡੀ ਆਪਣੀ ਆਵਾਜ਼ ਕਿਉਂਕਿ ਕਹਿੰਦੇ ਨੇ ਕਿ ਅਲੱਗ ਜ਼ਮਾਨੇ ਦੇ ਵਿੱਚ ਅਲੱਗ ਅੰਦਾਜ਼ ਹੈ ਅਲੱਗ ਜ਼ਮਾਨੇ ਦੇ ਵਿੱਚ ਅਲੱਗ ਅੰਦਾਜ਼ ਹੈ ਮਾਂ ਦੇ ਇਸ ਪਾਵਨ ਜਾਗਰਣ ਦੇ ਵਿੱਚ ਉਹ ਖੂਬਸੂਰਤ ਤੇ ਸੁਰੀਲੀ ਆਵਾਜ਼ ਹੈ ਸੋ ਸੁਰੀਲੀ ਆਵਾਜ਼ ਤੁਹਾਡੀ ਸਭ ਦੀ ਆਪਣੀ ਆਵਾਜ਼ ਮਨੀ ਗਿਲ ਆਓ ਦਾਦੀ ਮਾਂ ਦੀ ਅਰਾਧਨਾ ਵਾਸਤੇ ਮਾਂ ਦੀ ਅਰਾਧਨਾ ਵਾਸਤੇ ਹੈਲੇ
शुरू करने तो पहले एक बार जयकार लाना है, दोनों हाथ ऊपर करके, जिन्हों जिन्हों आज जागरण की खुशी है, अपने प्यार का सबूत देना है मां नूं, उन्हां दे नां दी हाजरी ला के दोनों हाथ ऊपर करके पता ल... गणेश आराधना हम मां के चरणों में उन्होंने नाम की आराधना सो जिन्हें जिन्हें ने हाजरी लानी है दोनों हाथ उपर करके ताड़ी नाल मेरा साथ देना है आप गल करनी है इस जग की जोत की जिन्हें ने यह जोत जगाई है की मिलिया है वो बारे मैं थोड़ा जरा दसना है तुम भी जरा गौर करना तो ताड़ी नाल साथ देना है मेरिया भैनों भी मेरी हाथ बन के गुजारिश है मेरे वीर भी निकी निकी ताड़ी नाल सारे ने साथ देने की कहना दोनों हाथ ऊपर करके मैया दी जो ये गाना से हल्ले कर ये आदि जो जगा ले कर।
ਗੋਲੀ ਅਟਕੇ ਵੇਖ ਲਿਆ ਦਾਤੀ ਸੁੱਖ ਚ ਵੰਡਦੀ ਯਾਰ ਨਾ ਦੇਖੇ ਐਬਾ ਨੂੰ ਜੋ ਯਾਰ ਨਾ ਦੇਖੇ ਐਬਾ ਨੂੰ ਉਹ ਯਾਰ ਮੁਬਾਰਕ ਹੁੰਦਾ ਹੈ ਜਿਸ ਪਿਆਰ ਦੇ ਵਿੱਚ ਕੋਈ ਗਰਜ਼ ਨਹੀਂ ਉਹ ਪਿਆਰ ਮੁਬਾਰਕ ਹੁੰਦਾ ਹੈ ਜਿਸ ਦਰ ਤੋਂ ਝੋਲੀ ਭਰ ਜਾਵੇ ਦਰਬਾਰ ਮੁਬਾਰਕ ਹੁੰਦਾ ਸੋ ਅੱਜ ਮੁਬਾਰਕ ਦਰਬਾਰ ਦੇ ਵਿੱਚ ਬੈਠ ਕੇ ਬਸਾਰੇ ਨੇ ਹਾਜ਼ਰੀਆਂ ਨਿਭਾਉਣੀਆਂ ਸਾਨੂੰ ਦੇਣੀ ਵੀ ਜੀ ਐਵੇਂ ਜੀ ਔਰ ਸਾਰਿਆਂ ਨੇ ਆਪਾਂ ਦਾਦੀ ਮਾਂ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਦੀਆਂ ਆਓ ਨਾਲ ਦੇ ਨਾਲ ਅਗਲੀ ਮਾਤਰਾ ਦੇ ਨਾਲ ਤੁਹਾਡੇ ਪ੍ਰਤੀ ਤੁਹਾਡੀ ਆਪਣੀ ਆਵਾਜ਼ ਮਾਰੀ ਗਈ ਜਗਰਾਤੇ ਵਾਲੀ ਰਾਤ
मेरी आई हुई एल्बम मैया ने आना एक दो वंदना सजीनी जी मां चरणा नाल प्यार है जिन्हें भी भगत इतने विराजमान ने जेडे कहते हैं कि मां नूं जागरण में आना चाहिए सो आप अपनी हाजिरी देनी है आप अज जागे दी रात है भगतो माने दर्श दिखाना सजीने जिन्हें दर्शन करना है ताड़ी बजा के अज जागे दी रात है भगतो माने दर्श दिखाना अज दिखाना नहीं भगतो जी
ਬੋਲੀ ਜੀ ਸਾਚੇ ਦਰਬਾਰ ਕੀ ਬੱਸਾਂ ਤੇ ਟਰੱਕਾਂ ਤੇ ਮਾਂ ਨਾਲ ਇੱਕ ਵਾਅਦਾ ਲੈਂਦੇ ਨੇ ਕੀ ਕਹਿੰਦੇ ਨੇ ਜ਼ਰਾ ਗੌਰ ਕਰਨਾ ਕਹਿੰਦੇ ਕਿ ਮਾਂ ਅਸੀਂ ਹਰ ਸਾਲ ਚੱਲ ਕੇ ਤੇਰੇ ਦੁਆਰ ਤੇ ਆਈਦਾ ਕੋਈ ਇਹੋ ਜਿਹਾ ਦਿਨ ਹੋਣਾ ਚਾਹੀਦਾ ਜਦੋਂ ਅਸੀਂ ਤੇ ਤੁਸੀਂ ਸਾਡੇ ਕੋਲ ਚੱਲ ਕੇ ਆਓ ਉਹ ਕਿਹੜਾ ਦਿਨ ਰੱਖਿਆ ਹੈ ਮਾਂ ਨੇ ਜਗਰਾਤੇ ਵਾਲਾ ਜਦੋਂ ਉੱਚਿਆਂ ਪਹਾੜਾਂ ਤੋਂ ਚੱਲ ਕੇ ਮਾਂ ਸਾਡੇ ਵਿੱਚ ਆਉਂਦੀ ਸੋ ਇਹੋ ਜਿਹੀ ਅਰਾਧਨਾ ਤੁਸੀਂ ਲੈ ਕੇ ਆਏ ਹੋ ਮਾਂ ਨੂੰ ਅੱਜ ਜਵਾਲਾ ਜੀ ਤੋਂ ਆਈਏ ਮਾਂ ਪਤਾ ਲੱਗਦਾ ਹੈ ਕਿ ਤੁਹਾਡੀ ਬਹੁਤ ਜ਼ਿਆਦਾ ਸ਼ਰਧਾ ਹੈ ਆਈ ਮਾਂ ਦਾ ਸਤਿਕਾਰ ਕਰੀਏ ਪ੍ਰਣਾਮ ਕਰੀਏ ਆਪੋ ਆਪਣੀ ਹਾਜ਼ਰੀ ਸੋ ਨੱਚਣ ਤੋਂ ਤਾਂ ਨਹੀਂ ਕਿਸੇ ਨੂੰ ਰੋਕਿਆ ਖੁੱਲੀਆਂ ਛੁੱਟੀਆਂ ਸੋ ਕਮੇਟੀ ਵੱਲੋਂ ਬਹੁਤ ਸਾਰਾ ਪਿਆਰ ਆਸ਼ੀਰਵਾਦ ਇਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਸੋ ਭੈਣਾਂ ਲਈ ਅਰਾਧਨਾ ਹੈ ਭਰਾਵਾਂ ਲਈ ਵੀ ਆਪੋ ਆਪਣੀ ਜਗ੍ਹਾ ਤੇ ਆਪੋ ਆਪਣੀ ਮਾਂ ਨੂੰ ਯਾਦ ਕਰਕੇ ਇਸ ਹਾਜ਼ਰੀ ਨੂੰ ਮਾਂ ਦੇ ਚਰਨਾਂ ਵਿੱਚ ਆਪਾਂ ਅਰਪਣ ਕਰਨਾ ਹੈ ਕੀ ਕਹਿਣਾ ਉੱਚੀਆਂ ਪਹਾੜਾਂ ਵਿੱਚ ਤੇਰਾ ਹੋਲ ਵਾਜਦੇ ਹੋਲ ਵਾਜਦੇ ਹੋਲ ਵਾਜਦੇ
Yeah.
ਕਰਨ ਲੱਗੇ ਆ ਜਿਹੜਾ ਤਾਰਾ ਰਾਣੀ ਨੇ ਮਾਂ ਨਾਲ ਕੀਤਾ ਸੀ। ਬਾਬੇ ਬੁੱਲੇ ਸ਼ਾਹ ਨੇ ਆਪਣੇ ਮੁਰਸ਼ਦ ਨਾਲ ਕੀਤਾ ਸੀ, ਉਸੇ ਇਸ਼ਕ ਦੀ ਗੱਲ ਕਰੂੰਗੀ। ਉਹ ਪਹਿਲਾਂ ਮਨ ਨੂੰ ਮਾਰ ਮੁਕਾਇਆ ਫਿਰ ਇਸ਼ਕ ਗੱਲ ਦਾ ਇਸ ਜਗ ਦੀ ਜੋਤ ਦਾ ਇਸ਼ਕ ਹੈ, ਜਿਹਨੂੰ ਇਹਨਾਂ ਦੇ ਨਾਂ ਦਾ ਇਸ਼ਕ ਹੋ ਜਾਵੇ ਫਿਰ ਦੁਨੀਆਂ 'ਤੇ ਕੁਛ ਵੀ ਦਿਖਾਈ ਨਹੀਂ ਦਿੰਦਾ। ਉਹ ਪਹਿਲਾਂ ਮਨ ਨੂੰ ਮਾਰ ਮੁਕਾਇਆ ਫਿਰ ਇਸ਼ਕ ਗੱਲ ਦਾ ਇਹਦੇ ਨਾਲ ਨਾ ਪਈਏ ਡਾਡਾ ਲੋਕਾਂ ਦੀ ਸਮਝੀ। ਉਹ ਮੈਂ ਕਿਸੇ ਦੀ ਇੱਕ ਨਾ ਮੰਨੀ ਦਿਲ ਦਾ ਸ਼ੌਂਕ ਸਬਰ ਮੇਰੇ ਨੂੰ ਦੇਖ ਕੇ ਮਾਏ ਆਪਣੇ ਚਰਨੇ ਮਾਂ ਮੈਨੂੰ ਆਪਣੇ ਚਰਨੇ। ਜਦੋਂ ਬਾਬੇ ਬੁੱਲੇ ਸ਼ਾਹ ਨੇ ਪੈਰਾਂ ਵਿੱਚ ਘੁੰਗਰੂ ਪਾ ਲਈ ਸੀ ਉਸ ਟਾਈਮ ਦੀ ਗੱਲ ਕਰਨ ਲੱਗੀ ਜ਼ਰਾ ਗੌਰ ਕਰ। ਮੈਂ ਪਹਿਰੀ ਘੁੰਗਰੂ ਪਾ ਲੈ
मेरी माँ दी सिफत ना लिखी जावे सत्ता सागरा दी पावे सियाई होवे बेशक अरश ते फर्श बन जान कागज ओ ना उते ना पूरी लिखाई होवे मात लोक च दिसण ते रखत जिन्ने पावे सपना दी कलम बनाई होवे अंबे मां दी जग जननी दी कदे ना सिफत मुके पावे लख ही एदी वडियाई होवे प्रिथ में गुरु को वंदना दुतिये आदि गणेश तिथिये सिमरा शारदा मेरे कारज करो हमेश आदि गणेश मनाई के तरा मैं तेरा ज्ञान तीन गुण बख्शो शारदा कंठ ताल सुर सब भगता ने मैया तेरे तेरे दर्शन पाने ने अज भगता ने मैया तेरे तेरे दर्शन पाने ने मेरी रखी भगता ने मैया दर्शन पाने ने अज भगता ने मैया तेरे दर्शन पाने ने मेरी रखियो लाज मेरी मां ए गुण जोते गाउने ने मेरी रखियो लाज मेरी मां ए गुण जोते गाउने ने ए गुण जोते गाउने ने ए गुण जोते
जय मां करते जाते तेरे भगत प्यारे तेरे भगत प्यारे तेरे भगत प्यारे जो जो भी तेरी शरण च आया करती वारे प्यारे जय मां करते जाते तेरे भगत प्यारे तेरे चरणों ना पेश कर लगा मेरे उस्ताद जी सरगा श्री कुलदीप बंग साहब जिन्हें भी भाई साहब सेवा करने का मौका मिले महामाई जी पत्नी महामाई जी बची मां घरे आने का सदा दिता तो सोचती है मां को कितने बिठावा फिर की करती है मां वास्ते चादर कढ़ती है चादर जिथे मां की गल उत्थे धी की गल जरूर है जिन्हों महामारी ने धियां दिते ने कहीं हाथ खड़े करो खा धिया दिते ने मैं पेश कर लगिया चादर उस तो पहला दो लेना
रोटी सोने दी सिंह जी मेरा पिंड बिल्कुल थोड़े लग गया है पर मैं 25-30 साल हो गए लुधियाने गए नूं 20-22 साल सरगे श्री गुरदीप मान साहब नाल सेवा करन दा मौका मिलिया मेरा पिंड है छोटे चक लंगोदर दे परले बन्ने तो ज्यादा दूर नहीं है मैं पेश कर गया चादर बोर पिया तड़का
ਜੀ ਸਰਗਾ ਸ਼੍ਰੀ ਟੁੱਡੀ ਮਾਨਕ ਸਾਹਿਬ ਦੇ ਨਾਂ 'ਤੇ ਭਾਅ ਜੀ ਬਹੁਤ ਸਾਰਾ ਮਾਣ ਕਰਕੇ ਗਿਆ, ਕਹਿੰਦੇ ਤਾੜੀ ਮਾਰ ਦਿਓ ਮਾਨਕ ਸਾਹਿਬ ਦੇ ਨਾਂ 'ਤੇ।